ਗੇਟ ਟੱਪ ਕੇ ਜੱਜ ਦੇ ਘਰ ਵੜਿਆ ਚੋਰ, ਕੱਢ ਕੇ ਲੈ ਗਿਆ 50 ਤੋਲਾ ਸੋਨਾ। ਚੋਰਾਂ ਨੂੰ ਨਹੀਂ ਰਿਹਾ ਕਿਸੇ ਦਾ ਵੀ ਖੌਫ। ਆਹ ਵੇਖ ਸਕਦੇ ਹੋ ਇਸ ਚੋਰ ਦੀ ਕਰਤੂਤ ਨੂੰ, ਜਿਹੜਾ ਕਿ ਜੱਜ ਦੇ ਘਰ ਦੇ ਗੇਟ ਨੂੰ ਟੱਪ ਕੇ ਅੰਦਰ ਵੜਦਾ ਹੈ ਤੇ ਫਿਰ ਅੰਦਰ ਪਿਆ 50 ਤੋਲਾ ਸੋਨਾ ਕੱਢ ਕੇ ਫਰਾਰ ਹੋ ਜਾਂਦਾ ਹੈ। ਤਾਂ ਚੋਰਾਂ ਨੂੰ ਹੁਣ ਕਿਸੇ ਦਾ ਵੀ ਖੌਫ ਨਜ਼ਰ ਨਹੀਂ ਆਉਂਦਾ, ਜਿੱਥੇ ਇਹਨਾਂ ਦੇ ਵੱਲੋਂ ਇੱਕ ਜੱਜ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਵੱਡੀ ਵਾਰਦਾਤ ਕੀਤੀ ਗਈ। ਤਾਂ ਇਹ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਬੇਖੌਫ ਇਹ ਚੋਰ ਇਸ ਜੱਜ ਦੇ ਘਰ ਦਾ ਗੇਟ ਨੂੰ ਟੱਪਦਾ ਹੋਇਆ ਅੰਦਰ ਦਾਖਲ ਹੋ ਜਾਂਦਾ ਹੈ ਤੇ ਵੱਡੀ ਵਾਰਦਾਤ ਕਰਕੇ ਚਲਾ ਜਾਂਦਾ ਹੈ। ਤਾਂ ਦੱਸ ਦੇ ਕਿ ਪੂਰਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਸੈਸ਼ਨ ਕੋਰਟ ਦੇ ਵਿੱਚ ਜੱਜ ਪ੍ਰਨੀਤ ਕੌਰ ਦੇ ਘਰ ਵਿਖੇ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ 50 ਤੋਲੇ ਦੇ ਕਰੀਬ ਸੋਨੇ ਦੇ ਜੇਵਰਾਤ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਮਾਮਲਾ ਪੁਲਿਸ ਨੂੰ ਦਰਜ ਕਰਵਾ ਦਿੱਤਾ ਹੈ ਤੇ CCTV ਦੇ ਆਧਾਰ ਤੇ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਇਹਨਾਂ ਵਾਰਦਾਤਾਂ ਨੂੰ ਵੇਖ ਕੇ ਲੱਗਦਾ ਹੈ ਕਿ ਜੇਕਰ ਜੱਜਾਂ ਦੇ ਘਰ ਹੀ ਸੇਫ ਨਹੀਂ ਤਾਂ ਆਮ ਲੋਕਾਂ ਦੇ ਘਰ ਕਿਵੇਂ ਸੇਫ ਹੋ ਸਕਦੇ ਨੇ। ਤਾਂ ਵੱਡੀ ਵਾਰਦਾਤ ਹੈ ਜਿਹੜੀ ਕਿ ਇਸ ਚੋਰ ਦੇ ਵੱਲੋਂ ਕੀਤੀ ਗਈ ਹੈ ਕਿ ਜੱਜ ਦੇ ਘਰ ਦੇ ਵਿੱਚੋਂ ਹੀ 50 ਤੋਲਾ ਸੋਨਾ ਕੱਢ ਲਿਆ। ਕੱਲ ਦੁਪਹਿਰ ਦੀ ਗੱਲ ਹੈ, 2:56 ਦੇ ਜਿੱਦਾਂ ਫੁਟੇਜ ਵੇਖੀ ਹੈ ਕੈਮਰਿਆਂ ਦੀ, ਅਤੇ ਉੱਥੋਂ ਇਹ ਲੱਗਦਾ ਵੀ 9 ਵਜੇ ਉਹ ਐਂਟਰ ਹੋਏ ਆ ਅਤੇ 3 ਬੰਦੇ ਆ ਅਤੇ ਇੱਕ ਬਾਹਰ ਮੋਟਰਸਾਈਕਲ 'ਤੇ ਰਹਿੰਦਾ, 2 ਜਣੇ ਬਾਹਰਲਾ ਗੇਟ ਟੱਪ ਕੇ ਉਹਦਾ ਮਤਲਬ ਖੋਲ੍ਹਿਆ ਨਹੀਂ ਜਿੰਦਰਾ, ਉਹਨਾਂ ਨੇ ਅੰਦਰ ਆ ਗਏ ਆ ਅਤੇ ਫਿਰ ਅੰਦਰਲਾ ਜਿਹੜਾ ਕਮਰੇ ਦਾ ਜਿੰਦਰਾ ਬਾਹਰਲਾ ਉਹ ਉਹਨਾਂ ਨੇ ਤੋੜਿਆ ਅਤੇ ਕੁੰਡਾ ਪੁੱਟਿਆ ਅਤੇ ਅੰਦਰ ਆ ਗਿਆ। ਅੰਦਰ ਫਿਰ ਉਹਨਾਂ ਨੇ ਜਿਹੜੀ ਸਾਡੀ ਲੋਹੇ ਦੀਆਂ ਅਲਮਾਰੀਆਂ ਉਹਨਾਂ ਨੂੰ ਉਹਦਾ ਦਰਵਾਜ਼ੇ ਤੋੜੇ ਆ, ਫਿਰ ਅੰਦਰੋਂ ਉਹਨਾਂ ਦੇ ਜਿਹੜੇ ਲੋਕਰ ਆ ਉਹ ਤੋੜੇ ਆ ਅਤੇ ਤੋੜ ਕੇ ਅਤੇ ਫਿਰ ਉਹਨਾਂ ਨੇ ਪੋਲਾ ਫਾਈ ਕਰਕੇ ਸਮਾਨ ਸਾਰਾ ਕੱਪੜੇ ਲੱਤੇ ਸਾਰੇ ਬਾਹਰ ਸੁੱਟੇ ਆ। ਜਿਹੜੇ ਬਕਸੇ ਜਿਨ੍ਹਾਂ 'ਚ ਗਹਿਣੇ ਸੀਗੇ ਉਹ ਉਹਨਾਂ ਨੇ ਖਾਲੀ ਕਰਕੇ ਅਤੇ ਵਿੱਚੋਂ ਗਹਿਣੇ ਕੱਢ ਕੇ ਕੱਢੀ ਗਏ ਅਤੇ ਬਕਸੇ ਸੁੱਟੀ ਗਏ ਅਤੇ 10-15 ਮਿੰਟ ਇੰਨਾ ਕੁ ਆ ਕੈਮਰੇ ਦੇ ਵਿੱਚ, 12 ਤੋਂ ਲੈ ਕੇ 15 ਮਿੰਟ ਤੱਕ ਅੰਦਰ ਆਇਆ ਅਤੇ ਅੰਦਰੋਂ ਫਿਰ ਉਹ ਲੈ ਕੇ ਸਮਾਨ ਫਿਰ ਬਾਹਰ ਕਰੀਬ 3:00 ਅਤੇ ਉਹ 16-17 ਮਿੰਟ 'ਤੇ ਬਾਹਰ ਗਿਆ। ਇੱਦਾਂ ਹੀ ਫਿਰ ਉਹ ਮੋਟਰਸਾਈਕਲ ਵਾਲਾ ਆ ਜਾਂਦਾ ਬਾਹਰ, ਇਹ ਦਰਵਾਜ਼ਾ ਟੱਪ ਕੇ ਅਤੇ ਬਾਹਰ ਚੱਲ ਜਾਂਦੇ, ਵਾਰੀ ਵਾਰੀ ਮੋਟਰਸਾਈਕਲ 'ਤੇ ਬਹਿ ਜਾਂਦੇ ਅਤੇ ਮੋਟਰਸਾਈਕਲ ਵਾਲਾ ਸਾਡੇ ਮਕਾਨ ਦੇ ਪਿੱਛੋਂ ਦੀ ਰਵੀ ਸ਼ੇਰ ਸਿੰਘ ਦੇ ਘਰ ਥਾਣੀ ਬਗਦਾਸ ਦੇ ਘਰ ਥਾਣੀ ਉਹ ਨਹੀਂ ਨਿਕਲਦੇ ਬਾਹਰ ਅਤੇ ਇੱਥੋਂ ਫਿਰ ਚੱਲ ਜਾਂਦੇ ਆ। ਨੁਕਸਾਨ ਅਸੀਂ ਜੋ ਕੈਲਕੂਲੇਟ ਕੀਤਾ ਵੀ ਸ਼ੁਰੂ ਤੋਂ ਲੈ ਕੇ ਮੈਨੂੰ 50 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਕੋਈ ਸਾਡੇ ਜੇ ਘਰ 'ਚ ਜਿੰਨਾ ਹੀ ਸੋਨਾ ਥੋੜ੍ਹਾ ਥੋੜ੍ਹਾ ਕਰਕੇ 50 ਤੋਲੇ ਦੇ ਲਗਭਗ ਸੋਨੇ ਦੇ ਜੇਵਰ ਗਏ ਆ ਅਤੇ 5-4 ਹਜ਼ਾਰ ਰੁਪਈਆ ਇਹ ਤੋਂ ਵੱਧ ਨਹੀਂ ਹੋਊਗਾ, ਪੈਸੇ ਤਾਂ ਨਹੀਂ ਜ਼ਿਆਦਾ ਅਤੇ ਬਾਕੀ ਇਹ ਸਾਡਾ ਜਿਹੜਾ ਅੱਜ ਤੱਕ ਦਾ ਗਹਿਣਾ ਗੱਟਾ ਸਾਡੇ ਕੋਲ ਹੀ ਉਹ ਸਾਰਾ ਲੈ ਨਹੀਂ ਘਰੇ ਮੈਂ ਕਲੀਨਿਕ 'ਤੇ ਜਾਂਦਾ ਸਵੇਰੇ 11 ਵਜੇ ਅਤੇ ਮੈਂ 6 ਵਜੇ ਆਉਣਾ ਉੱਥੋਂ ਅਤੇ ਮੈਂ ਜਦੋਂ 6 ਵਜੇ ਪਹੁੰਚਿਆ ਅਤੇ ਮੈਂ ਬਾਹਰਲਾ ਦਰਵਾਜ਼ਾ ਖੋਲ੍ਹ ਕੇ ਸਕੂਟਰ ਅੰਦਰ ਆਇਆ, ਜਦੋਂ ਮੈਂ ਘਰ ਦੇ ਅੰਦਰ ਵੜਨ ਲੱਗਾ ਤਾਂ ਮੈਂ ਵੇਖਿਆ ਵੀ ਉਹ ਜਿੰਦਰਾ ਟੁੱਟਾ ਅਤੇ ਕੁੰਡਾ ਵੱਢਿਆ
ਤੇ ਥੱਲੇ ਡਿੱਗਿਆ ਤੇ ਮੈਂ ਫਿਰ ਉੱਥੋਂ ਲਾਇਆ ਹਿਸਾਬ ਵੀ ਇਹ ਕੋਈ ਨਾ ਕੋਈ ਵਾਰਦਾਤ ਹੈ। ਫਿਰ ਮੈਂ ਅੰਦਰ ਗਿਆ, ਅੰਦਰ ਜਾ ਕੇ ਉਹ ਅਲਮਾਰੀਆਂ ਵੇਖੀਆਂ ਅਤੇ ਉਹ ਉਹਨਾਂ ਨੇ ਤੋੜੀਆਂ, ਉਹਨਾਂ ਦੇ ਦਰਵਾਜ਼ੇ ਅੰਦਰ ਨੂੰ ਲੋਕਰ ਟੁੱਟੇ ਆ ਅਤੇ ਸਮਾਨ ਖਿਲਰਿਆ ਅਤੇ ਜਿਹੜੇ ਉਹ ਗਹਿਣਿਆਂ ਦੇ ਡੱਬੇ ਆ ਗੱਤੇ ਦੇ ਉਹ ਖਾਲੀ ਕਰ ਕਰ ਟੁੱਟੇ ਆ ਅਤੇ ਗਹਿਣਿਆਂ ਤੋਂ ਖਾਲੀ ਆ ਸਾਰਾ ਸਮਾਨ ਅਤੇ ਉਹ ਮੈਂ ਫਿਰ ਕੈਮਰੇ ਦੀ ਫੁਟੇਜ ਵੇਖੀ ਸਾਰੀ ਅਤੇ ਕੈਮਰੇ ਫੁਟੇਜ ਜਿਹੜੀ ਫਿਰ ਉਹ 'ਚੋਂ ਕਿਸ ਤਰ੍ਹਾਂ ਆਉਂਦੇ ਆ ਕਿੱਦਾਂ ਜਾਂਦੇ ਆ ਅਤੇ ਬਾਹਰ ਸਾਡੇ ਦੋ ਕੈਮਰੇ ਆ, ਇੱਕ ਵੱਡੇ ਗੇਟ ਦੇ ਅੰਦਰ ਆ ਅਤੇ ਇੱਕ ਬਾਹਰ ਗੇਟ ਤੋਂ ਬਾਹਰ ਆ। ਮਨ ਉਹ ਫਿਰ ਕੈਮਰਿਆਂ ਦੀ ਫੁਟੇਜ ਜਿਹੜੀ ਉਹ ਅਸੀਂ ਮਤਲਬ ਵੀ ਵੇਖੀ ਆ, ਉਹਨਾਂ ਤੋਂ ਲੱਗਦਾ ਵੀ ਉਹਨਾਂ ਨੇ 15 ਕੁ ਮਿੰਟ ਜਾਂ 20 ਮਿੰਟ ਤੱਕ ਸਾਰੀ ਘਟਨਾ ਉਹਨਾਂ ਨੇ ਕਰ ਲਈ ਹੈ। ਉਹ ਪਹਿਲਾਂ ਜਿਹੜਾ ਕੈਮਰਿਆਂ ਦੀ ਫੁਟੇਜ ਨੂੰ ਪਤਾ ਲੱਗਦਾ ਵੀ ਬੰਦਾ ਇਹਨਾਂ ਨੂੰ ਛੱਡ ਕੇ ਜਾਂਦਾ, ਵਾਰੀ ਵਾਰੀ ਉਹ ਗੇਟ 'ਤੇ ਚੜ੍ਹ ਕੇ ਅੰਦਰ ਆਉਂਦੇ ਆ, ਇੱਕ ਜਣਾ ਪਹਿਲਾਂ ਚੜ੍ਹਦਾ ਉਹ ਦੂਜੇ ਨੂੰ ਇਸ਼ਾਰਾ ਕਰਦਾ ਵੀ ਅੰਦਰ ਕੋਈ ਨਹੀਂ ਆਇਆ, ਇਸ਼ਾਰੇ ਨਾਲ ਉਹ ਫਿਰ ਚਲ ਜਾਂਦੇ ਆ ਅਤੇ ਇੱਦਾਂ 15-20 ਮਿੰਟਾਂ ਬਾਅਦ ਇਹ ਸਾਰਾ ਅੰਦਰੋਂ ਚੋਰੀ ਕਰਕੇ ਪੂਰਾ ਸਮਾਨ ਲੈ ਕੇ ਜਿਹੜਾ ਜਿਊਲਰੀ ਦਾ ਅਤੇ ਉਹ ਇਹ ਚਲੇ ਜਾਂਦੇ। ਕੱਲ੍ਹ ਸ਼ਾਮੀ ਇਨਫੋਰਮੇਸ਼ਨ ਰਹੀ ਰਾਤ, ਉਸ ਵੇਲੇ ਸਰਦਾਰ ਬਲਵੀਰ ਸਿੰਘ ਪੁੱਤਰ ਖੇਮ ਸਿੰਘ ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ, ਅਤੇ ਉਹਨਾਂ ਨੇ ਦੱਸਿਆ ਗਿਆ ਵੀ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਘਰ ਵੜ ਗਏ ਆ ਅਤੇ ਅਲਮਾਰੀ ਦੇ ਤਾਲੇ ਟੁੱਟਿਆ, ਪਰ ਇਹ ਨਹੀਂ ਪਤਾ ਕੀ ਲੈ ਕੇ ਗਏ। ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕਾ ਵੇਖਿਆ, ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਨੇ ਜੋ ਜੱਜ ਲੱਗੇ ਨੇ ਉੱਥੇ ਫਿਰੋਜ਼ਪੁਰ, ਅਤੇ ਉਹਨਾਂ ਨੇ ਆਣ ਕੇ ਫਿਰ ਆਪਣਾ ਚੈੱਕ ਚੁੱਕ ਕੀਤਾ ਸਾਰੇ ਘਰ ਦਾ ਸਮਾਨ ਵਗੈਰਾ, ਉਹ ਆਪ ਇੱਥੇ ਨਹੀਂ ਰਹਿੰਦੇ, ਅੰਮ੍ਰਿਤਸਰ ਰਹਿੰਦੇ ਆ, ਅਤੇ ਬਲਵੀਰ ਸਿੰਘ ਇਕੱਲੇ ਹੀ ਇੱਥੇ ਰਹਿੰਦੇ ਸੀ। ਉਹਦੇ 'ਚ ਚੈੱਕ ਕੀਤਾ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਆ, ਨਾਲ ਕੋਈ ਚਾਂਦੀ ਦੇ ਕੋਈ 5 ਕੁ ਤੋੜੇ ਚਲ ਗਿਆ ਅਤੇ 5,000 ਰੁਪਇਆ ਨਕਦ ਚਲ ਗਿਆ ਵਾ। ਜਿਹਦੇ ਸੰਬੰਧੀ ਅੱਜ ਮੌਕਾ ਵੇਖ ਕੇ ਅਤੇ ਤਸਦੀਕ ਪੜਤਾਲ ਸ਼ੁਰੂ ਕੀਤੀ ਹੈ, ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਵਾ। ਅਗਲੀ ਤੁਸੀਂ ਲਿਆਉਂਦੀ ਹੈ CC ਫੁਟੇਜ ਵੇਖ ਕੇ ਜਿਹੜੇ ਦੋਸ਼ੀ ਆ ਉਹਨੂੰ ਜਲਦੀ ਜਲਦੀ ਟਰੇਸ ਕਰਕੇ ਅਗਲੀ ਕਾਰਵਾਈ ਵਿੱਚ ਲੈਂਦੇ। ਹੁਣ ਤਾਂ ਕੁਛ ਪਤਾ ਲੱਗਾ ਦੋਸ਼ੀਆਂ ਦਾ? ਟਰੇਸ ਆਊਟ ਕਰ ਰਹੇ ਆ ਜੀ, ਅਜੇ CCTV ਚੈੱਕ ਕਰ ਰਹੇ ਆ, ਉਸ ਤੋਂ ਬਾਅਦ ਜੋ ਹਾਲਾਤ ਹੋਣਗੇ ਉਹਨਾਂ ਮੁਤਾਬਕ। ਕਿੰਨੇ ਕੁ ਜਿਹੜੇ ਜਵੈਲਰੀ ਆ ਕਿੰਨਾ ਕੁ ਨੁਕਸਾਨ ਹੋਇਆ? ਉਹਨਾਂ ਮੁਤਾਬਕ ਦੱਸਣ ਮੁਤਾਬਕ ਕੋਈ 50 ਕੁ ਤੋੜੇ ਦੀ ਗੱਲ ਕਰਦੇ ਜੀ, ਫਿਰ ਵੀ ਜਦੋਂ ਦੋਸ਼ੀ ਫੜੇ ਜਾਣਗੇ ਉਹਨਾਂ ਤੋਂ ਹੋਰ ਕਲੀਅਰ ਹੋ ਗਿਆ ਵੀ ਕਿੰਨਾ ਸੀ।